ਜ਼ਿੰਦਗੀ ਦੇ ਵਿੱਚ ਸੁੱਖ ਦੁੱਖ ਨੇ ਜੋ ਚੱਲਦੇ ਰਹਿੰਦੇ ਨੇ, ਇਹੀ ਜ਼ਿੰਦਗੀ ਦਾ ਸੱਚ ਹੈ। ਜਿੱਥੇ ਦੁੱਖ ਹੈ ਉੱਥੇ ਸੁੱਖ ਵੀ ਆਵੇਗਾ, ਸੁੱਖ ਵੀ ਸਾਰੀ ਉਮਰ ਨਹੀਂ ਰਹਿਣ ਵਾਲਾ। ਸੋ ਪਰਮਾਤਮਾ ਦੀ ਬੰਦਗੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ। ਪਰਮਾਤਮਾ ਵਾਹਿਗੁਰੂ ਦੇ ਨਾਲ ਪ੍ਰੀਤ ਇਸ ਤਰ੍ਹਾਂ ਪੱਕੀ ਹੋਣੀ ਚਾਹੀਦੀ ਹੈ ਕਿ ਸਾਡੇ ਮਾੜੇ ਸਮੇਂ ਵਿੱਚ ਇਹ ਪ੍ਰੀਤ ਢਿੱਲੀ ਜਾਂ ਸੁੱਕੀ ਨਾ ਪਵੇ, ਢਿੱਲੀ ਨਾ ਪਵੇ, ਮਾੜੀ ਨਾ ਪਵੇ। ਵਾਹਿਗੁਰੂ ਪਰਮਾਤਮਾ 'ਤੇ ਭਰੋਸਾ ਅਡੋਲ ਅਤੇ ਅੜਿੱਕ ਹੋਣਾ ਚਾਹੀਦਾ ਹੈ। ਮਾੜਾ ਸਮਾਂ ਕਿਸੇ ਦੇ ਉੱਪਰ ਵੀ ਦੱਸ ਕੇ ਨਹੀਂ ਆਉਂਦਾ, ਪਰ ਜਦੋਂ ਆਉਂਦਾ ਹੈ ਤਾਂ ਸਭ ਕੁਝ ਪਲ ਦੇ ਵਿੱਚ ਬਦਲ ਜਾਂਦਾ ਹੈ। ਵੱਡੇ ਤੋਂ ਵੱਡਾ ਬੰਦਾ ਆਸਮਾਨ ਤੋਂ ਡਿੱਗ ਜਾਂਦਾ ਹੈ, ਅੰਦਰੋਂ ਹਿੱਲ ਜਾਂਦਾ ਹੈ, ਪਰ ਜੇਕਰ ਵਾਹਿਗੁਰੂ ਦੇ ਨਾਲ ਪ੍ਰੀਤ ਜੁੜੀ ਹੋਵੇ, ਉਸ ਮਾੜੇ ਸਮੇਂ ਵਿੱਚ ਵੀ ਵਾਹਿਗੁਰੂ ਮਾੜਾ ਸਮਾਂ ਪਾਰ ਕਰਵਾ ਦਿੰਦਾ ਹੈ। ਦੱਸਣ ਜਾ ਰਹੇ ਹਾਂ ਕਿ ਇਹ ਘਟਨਾ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਇੱਕ ਗੁਰਸਿੱਖ ਦੀ ਹੈ, ਜੋ ਬਹੁਤ ਹੀ ਮਿੱਠ ਬੋਲੜੇ ਗੁਰੂ ਸਿੱਖੀ ਅਤੇ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਭਿੱਜੀ ਹੋਈ ਸ਼ਖਸੀਅਤ ਸਨ। ਹਰ ਰੋਜ਼ 3-4 ਸੱਜਣ ਗੁਰਮੁਖ ਕੋਲ ਆਇਆ ਕੇ ਬੈਠਦੇ ਸਨ। ਸਾਰਾ ਦਿਨ ਇਹਨਾਂ ਦੇ ਵਿੱਚ ਗੁਰੂ ਅਤੇ ਗੁਰੂ ਸਹਿ ਘਰ ਦੇ ਪ੍ਰਤੀ ਵਿਚਾਰਾਂ ਚੱਲਦੀਆਂ ਰਹਿੰਦੀਆਂ ਸਨ, ਭਾਵ ਇਹਨਾਂ ਦੇ ਅੰਦਰ ਗੁਰਸਿੱਖੀ ਦਾ ਪਿਆਰ ਬਹੁਤ ਹੀ ਡਾਢਾ ਸੀ। ਇਸ ਗੁਰਸਿੱਖ ਦਾ ਆਪਣਾ ਬਹੁਤ ਹੀ ਵੱਡਾ ਕਾਰੋਬਾਰ ਸੀ। ਇਹ ਗੁਰਸਿੱਖ ਲੱਕੜ ਦਾ ਬਹੁਤ ਵੱਡਾ ਕਾਰੋਬਾਰੀ ਸੀ। ਇਸ ਗੁਰਸਿੱਖ ਦਾ ਮੇਨ ਗੋਦਾਮ ਉਹ ਰਾਵੀ ਦੇ ਦਰਿਆ 'ਤੇ ਕੰਢੇ ਕੋਲ ਸੀ, ਜੋ ਕਿ ਲੱਕੜਾਂ ਦੀਆਂ ਸ਼ਤੀਰੀਆਂ ਦੇ ਨਾਲ ਭਰਿਆ ਹੁੰਦਾ ਸੀ। ਇਸੀ ਜਗ੍ਹਾ 'ਤੇ ਲੱਕੜ ਸਾਰੇ ਹਿੰਦੁਸਤਾਨ ਵਿੱਚ ਸਪਲਾਈ ਹੁੰਦੀ ਸੀ। ਇਹੀ ਉਸ ਗੁਰਸਿੱਖ ਦੀ ਕਿਰਤ ਸੀ, ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ। ਪਰ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਵਾਹਿਗੁਰੂ ਆਪਣੇ ਸੇਵਕਾਂ ਦਾ ਇਮਤਿਹਾਨ ਜ਼ਰੂਰ ਲੈਂਦਾ ਹੈ। ਅਗਰ ਸੇਵਕ ਦੇ ਅੰਦਰ ਪੂਰੀ ਪ੍ਰੀਤ ਅਤੇ ਵਿਸ਼ਵਾਸ ਵਾਹਿਗੁਰੂ ਪਰਮਾਤਮਾ ਉੱਪਰ ਹੋਵੇ ਤਾਂ ਉਹ ਸੇਵਕ ਬੜੇ ਸਹਿਜ ਦੇ ਨਾਲ ਇਸ ਮਾੜੇ ਸਮੇਂ ਵਿੱਚੋਂ ਨਿਕਲ ਜਾਂਦਾ ਹੈ। ਸੋ ਇਸੀ ਤਰ੍ਹਾਂ ਦੀ ਇੱਕ ਘਟਨਾ ਫਿਰ ਉਸ ਗੁਰਸਿੱਖ ਦੇ ਨਾਲ ਵਾਪਰੀ। ਇੱਕ ਵਾਰ ਰਾਵੀ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆ ਗਿਆ। ਜਦੋਂ ਹੜ੍ਹ ਆਇਆ ਤਾਂ ਗੁਰਸਿੱਖ ਦਾ ਕੋਈ ਦਾਮ ਨਜ਼ਦੀਕ ਹੋਣ ਦੇ ਕਾਰਨ, ਗੋਦਾਮ ਨਜ਼ਦੀਕ ਹੋਣ ਦੇ ਕਾਰਨ ਪਾਣੀ ਇਹਨਾਂ ਦੀਆਂ ਸਾਰੀਆਂ ਲੱਕੜਾਂ ਦੀਆਂ ਸ਼ਤੀਰੀਆਂ ਨੂੰ ਆਪਣੇ ਨਾਲ ਰੋੜ ਕੇ ਪਾਕਿਸਤਾਨ ਵਾਲੀ ਸਾਈਡ ਲੈ ਗਿਆ। ਉਸ ਵੇਲੇ ਗੁਰਸਿੱਖ ਆਪਣੇ ਨਿਵਾਸ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੀ। ਗੋਦਾਮ ਦਾ ਇੱਕ ਕਰਮਚਾਰੀ ਇਹ ਖਬਰ ਲੈ ਕੇ ਗੁਰਸਿੱਖ ਦੇ ਘਰ ਪਹੁੰਚਿਆ। ਜਦੋਂ ਉਹਨਾਂ ਨੇ ਘਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਸਰਦਾਰ ਜੀ ਕੁਝ ਕੁ ਸਿੰਘਾਂ ਦੇ ਨਾਲ ਇਕਾਂਤ ਕਮਰੇ ਵਿੱਚ ਸਨ, ਗੁਰੂ ਜੀ ਦੀਆਂ ਵਿਚਾਰਾਂ ਵਿੱਚ ਰੁੱਝੇ ਹੋਏ ਸਨ। ਪਹਿਲਾਂ ਤਾਂ ਉਸ ਕਰਮਚਾਰੀ ਦਾ ਮਨ ਨਹੀਂ ਕੀਤਾ ਕਿ ਉਹ ਸਰਦਾਰ ਜੀ ਨੂੰ ਕੋਈ ਗੱਲ ਦੱਸੇ, ਪਰ ਕੁਝ ਸਮਾਂ ਪੈਣ 'ਤੇ ਜਦੋਂ ਗੁਰਸਿੱਖ ਨੇ ਆਪਣੇ ਵਿਚਾਰ ਰੋਕੇ ਤਾਂ ਕਰਮਚਾਰੀ ਨੇ ਕਿਹਾ, ਸਰਦਾਰ ਜੀ ਇੱਕ ਬਹੁਤ ਮੰਦਭਾਗੀ ਖਬਰ ਹੈ, ਬੁਰੀ ਖਬਰ ਹੈ। ਜਦੋਂ ਉੱਥੇ ਬੈਠੇ ਜਿੰਨੇ ਲੋਕ ਸੀ ਉਹਨਾਂ ਨੇ ਗੱਲ ਸੁਣੀ ਤਾਂ ਸਭ ਹੈਰਾਨ ਰਹਿ ਗਏ ਕਿ ਉਸ ਗੁਰਸਿੱਖ ਨੇ ਪੁੱਛਿਆ ਕਿ ਬੁਰੀ ਖਬਰ ਕੀ ਹੈ ਤਾਂ ਉਸ ਕਰਮਚਾਰੀ ਨੇ ਦੱਸਿਆ, ਰਾਵੀ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆ ਗਿਆ ਹੈ। ਉਸ ਆਪਣੇ ਗੋਦਾਮ ਦਾ ਸਾਰਾ ਪਾਣੀ ਹੈ ਜੋ ਲੱਕੜ ਆਪਣੇ ਨਾਲ ਵਹਾ ਕੇ ਲੈ ਗਿਆ ਹੈ, ਸਾਈਡ 'ਤੇ ਲੈ ਗਿਆ ਹੈ, ਪਾਕਿਸਤਾਨ ਵਾਲੇ ਪਾਸੇ ਲੈ ਗਿਆ ਹੈ, ਗੋਦਾਮ ਬਿਲਕੁਲ ਖਾਲੀ ਹੋ ਚੁੱਕਾ ਹੈ। ਜਦੋਂ ਇਹ ਗੱਲ ਸਾਰਿਆਂ ਨੇ ਸੁਣੀ ਤਾਂ ਸਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਸਰਦਾਰ ਜੀ ਜੋ ਲੱਖਾਂ ਦੇ ਵਪਾਰੀ ਸਨ, ਇੱਕਦਮ ਇੱਕ ਪਲ ਵਿੱਚ ਕੱਖਾਂ ਵਿੱਚ ਆ ਗਏ। ਉਸ ਗੁਰਸਿੱਖ ਦਾ ਕੁਝ ਐਸਾ ਕੋਈ ਪੁਰਾਣਾ ਕਰਮ ਜਾਗਿਆ ਕਿ ਉਸ ਗੁਰਸਿੱਖ ਨੂੰ ਐਸੀ ਢਾਹ ਲੱਗੀ ਕਿ ਮੁੜ ਉੱਠਣਾ ਹੀ ਮੁਸ਼ਕਿਲ ਹੋ ਗਿਆ। ਪਰ ਉਸ ਗੁਰਸਿੱਖ ਦਾ ਜਿਹਦਾ ਸਾਰਾ ਕਾਰੋਬਾਰ ਹੜ੍ਹ ਦੇ ਵਿੱਚ ਵਹਾ ਕੇ ਲੈ ਗਿਆ, ਜਦੋਂ ਉਸਨੇ ਇਹ ਗੱਲ ਸੁਣੀ ਤਾਂ ਉਹ ਇੱਕਦਮ ਬਹੁਤ ਹੀ ਗਹਿਰੀ ਅਵਸਥਾ ਵਿੱਚ ਚਲੇ ਗਏ। ਉਹ ਗੁਰਸਿੱਖ ਕੁਝ ਸਮਾਂ ਚੁੱਪ ਰਹੇ। ਕੁਝ ਸਮੇਂ ਬਾਅਦ ਉਹਨਾਂ ਨੇ ਆਪਣੇ ਸਾਥੀ ਸੱਜਣਾਂ ਨੂੰ ਕਿਹਾ, ਚਲੋ ਦਰਬਾਰ ਸਾਹਿਬ ਚੱਲੀਏ, ਉੱਥੇ ਜਾ ਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ 'ਤੇ 5 ਰੁਪਏ ਦਾ ਦੇਗ ਪ੍ਰਸ਼ਾਦ ਭੇਟ ਕਰਦੇ ਹਾਂ। ਪਹਿਲਾਂ ਤਾਂ ਇਹ ਸੁਣ ਕੇ ਸਾਰੇ ਗੁਰਸਿੱਖ ਬਹੁਤ ਹੈਰਾਨ ਹੋਏ,
ਫਿਰ ਬਾਅਦ ਦੇ ਵਿੱਚ ਸਾਰੇ ਗੁਰਸਿੱਖ ਸਰਦਾਰ ਜੀ ਦੇ ਨਾਲ ਦਰਬਾਰ ਸਾਹਿਬ ਰਾਮਦਾਸ ਪਹੁੰਚ ਗਏ। ਉੱਥੇ 500 ਰੁਪਏ ਦੀ ਦੇਗ ਦਾ ਪ੍ਰਸ਼ਾਦ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤਾ ਅਤੇ ਵਾਪਸ ਆ ਗਏ। ਦੂਸਰੇ ਦਿਨ ਸਰਦਾਰ ਜੀ ਦਾ ਘਰ ਸ਼ੋਕ ਦੇ ਵਿੱਚ ਡੁੱਬਿਆ ਹੋਇਆ। ਸਾਰੇ ਰਿਸ਼ਤੇਦਾਰਾਂ ਨੂੰ, ਘਰ ਪਰਿਵਾਰ ਵਾਲਿਆਂ ਨੂੰ ਇਹ ਗੱਲ ਪਤਾ ਲੱਗੀ ਤਾਂ ਸਾਰੇ ਸ਼ੋਕ ਦੇ ਵਿੱਚ ਡੁੱਬ ਗਏ। ਸਰਦਾਰ ਜੀ ਨੂੰ ਸਾਰਾ ਇਲਾਕਾ ਜਾਣਦਾ ਸੀ, ਸਾਰੇ ਸ਼ਹਿਰ ਵਾਸੀ ਮਿੱਤਰ ਦੋਸਤਾਂ ਨੂੰ ਪਤਾ ਲੱਗਿਆ ਸਰਦਾਰ ਜੀ ਦਾ ਸਾਰਾ ਕਾਰੋਬਾਰ ਹੜ੍ਹ ਦੇ ਵਿੱਚ ਰੁੜ ਗਿਆ ਹੈ। ਸਾਰੇ ਸਰਦਾਰ ਜੀ ਦੇ ਕੋਲ ਅਫਸੋਸ ਕਰਨ ਦੇ ਲਈ ਆਉਣ ਲੱਗੇ, ਪਰ ਸਰਦਾਰ ਜੀ ਆਰਾਮ ਦੇ ਨਾਲ ਵਾਹਿਗੁਰੂ ਦੇ ਰੰਗ ਵਿੱਚ ਬੈਠੇ ਹੋਏ ਸਨ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਫਿਰ ਵਾਹਿਗੁਰੂ ਜੀ ਦੀ ਕਿਰਪਾ ਹੋਈ, ਇੱਕ ਚਮਤਕਾਰ ਜਿਹਾ ਵਾਪਰਿਆ। ਉਸ ਦੂਸਰੇ ਦਿਨ ਉਹਨਾਂ ਦਾ ਕਰਮਚਾਰੀ ਰਾਵੀ ਵਾਲੇ ਗੋਦਾਮ ਸ਼੍ਰੀ ਅੰਮ੍ਰਿਤਸਰ ਪਹੁੰਚਿਆ। ਉਹ ਸਰਦਾਰ ਜੀ ਦੇ ਘਰ ਆਇਆ ਅਤੇ ਉਸਨੇ ਦੱਸਿਆ, ਸਰਦਾਰ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ, ਰਾਵੀ ਦਰਿਆ ਜੋ ਪਾਕਿਸਤਾਨ ਵਗਦਾ ਹੈ ਉਸਦਾ ਪਾਣੀ ਤੁਹਾਡੀਆਂ ਵਹਾਈਆਂ ਹੋਈਆਂ ਸ਼ਤੀਰੀਆਂ 'ਚੋਂ ਅਧੀਰੀਆਂ ਸ਼ਤੀਰੀਆਂ ਕਿਨਾਰੇ ਸੁੱਟ ਕੇ ਗਿਆ ਹੈ। ਜਦੋਂ ਇਹ ਗੱਲ ਸਾਰਿਆਂ ਨੇ ਸੁਣੀ ਤਾਂ ਉਹਨਾਂ ਦੇ ਦਿਲਾਂ ਵਿੱਚੋਂ ਵਾਹਿਗੁਰੂ ਪ੍ਰਤੀ ਸ਼ੁਕਰੀਆ ਨਿਕਲਿਆ। ਉਹਨਾਂ ਸਾਰਿਆਂ ਨੇ ਸੋਚਿਆ ਕਿ ਕੰਮ ਤੇ ਕੰਮ ਸਰਦਾਰ ਜੀ ਦਾ ਅੱਧਾ ਨੁਕਸਾਨ ਹੋਣ ਤੋਂ ਬਚ ਗਿਆ। ਇਸ ਗਰੀਬ ਦੀ ਹਾਲਤ ਵਿੱਚ, ਗਰੀਬੀ ਦੀ ਹਾਲਤ ਵਿੱਚ ਉਹ ਸੜਕਾਂ 'ਤੇ ਆਉਣ ਤੋਂ ਬਚ ਗਏ। ਸਾਰੇ ਬਹੁਤ ਹੀ ਕੁਝ ਖੁਸ਼ ਸੀ। ਹੁਣ ਸਰਦਾਰ ਜੀ ਅੱਧੀਆਂ ਸ਼ਤੀਰੀਆਂ ਪਾਣੀ ਬਾਹਰ ਸੁੱਟ ਗਿਆ ਹਿੰਦੁਸਤਾਨ ਵਾਲੀ ਸਾਈਡ 'ਤੇ। ਫਿਰ ਇਹ ਸੁਣ ਕੇ ਸਰਦਾਰ ਜੀ ਆਪਣੇ ਰਿਸ਼ਤੇਦਾਰ ਸੱਜਣਾਂ ਨੂੰ ਕਿਹਾ ਕਿ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਚਲੋ ਗੁਰੂ ਰਾਮਦਾਸ ਜੀ ਦੇ ਦਰ 'ਤੇ ਚੱਲੀਏ, 500 ਰੁਪਏ ਦੀ ਦੇਹ ਕਰਵਾ ਕੇ ਆਈਏ। ਸਾਰੇ ਗੁਰੂ ਰਾਮਦਾਸ ਜੀ ਦੇ ਦਰ 'ਤੇ 500 ਰੁਪਏ ਦੀ ਦੇਹ ਕਰਵਾ ਕੇ ਭੇਟ ਕੀਤੀ ਅਤੇ ਵਾਪਸ ਆ ਗਏ। ਫਿਰ ਤੀਸਰਾ ਦਿਨ ਹੋਇਆ, ਫਿਰ ਤੀਸਰੇ ਦਿਨ ਕਰਮਚਾਰੀ ਸਰਦਾਰ ਜੀ ਦੇ ਘਰ ਪਹੁੰਚਿਆ। ਉਸਨੇ ਦੱਸਿਆ, ਸਰਦਾਰ ਜੀ ਹੜ੍ਹ ਦਾ ਪਾਣੀ ਤੁਹਾਡੀ ਬਾਕੀ ਦੀਆਂ ਲੱਕੜਾਂ ਦਰਿਆ ਤੋਂ ਬਾਹਰ ਇੱਕ ਕਿਨਾਰੇ 'ਤੇ ਸੁੱਟ ਗਿਆ ਹੈ। ਉਹਨਾਂ ਦੀਆਂ ਸਾਰੀਆਂ ਸ਼ਤੀਰੀਆਂ ਪਾਕਿਸਤਾਨ ਤੋਂ ਪਹੁੰਚਣ ਤੋਂ ਪਹਿਲਾਂ ਹੀ ਹਿੰਦੁਸਤਾਨ ਵਾਲੀ ਸਾਈਡ 'ਤੇ ਕਿਨਾਰੇ 'ਤੇ ਸੁੱਟ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ, ਜਦੋਂ ਉਹਨਾਂ ਦੀਆਂ ਸ਼ਤੀਰੀਆਂ ਦੀ ਗਿਣਤੀ ਕੀਤੀ ਗਈ ਪਤਾ ਚੱਲਿਆ ਉਹਨਾਂ 'ਚੋਂ ਇੱਕ ਵੀ ਸ਼ਤੀਰੀ ਦਾ ਨੁਕਸਾਨ ਨਹੀਂ ਹੋਇਆ ਅਤੇ ਕੋਈ ਵੀ ਸ਼ਤੀਰੀ ਪਾਕਿਸਤਾਨ ਵਾਲੀ ਸਾਈਡ 'ਤੇ ਨਹੀਂ ਪਹੁੰਚੀ, ਕਿਉਂਕਿ ਇਹ ਉਹਨਾਂ ਦੀ ਕਿਰਤ ਕਮਾਈ ਸੀ ਅਤੇ ਵਾਹਿਗੁਰੂ ਪਰਮਾਤਮਾ ਨੇ ਅਥਾ ਪ੍ਰੇਮ ਅਤੇ ਵਿਸ਼ਵਾਸ ਸੀ। ਜਦੋਂ ਸਤਿਗੁਰੂ ਸਰਦਾਰ ਜੀ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਫਿਰ ਕਿਹਾ, ਚਲੋ ਗੁਰੂ ਰਾਮਦਾਸ ਜੀ ਦੇ ਦਰ 'ਤੇ ਚੱਲੀਏ, 500 ਰੁਪਏ ਦੀ ਅਰਦਾਸ ਕਰਵਾ ਕੇ ਆਈਏ। ਸਾਰਾ ਪਰਿਵਾਰ ਸਰਦਾਰ ਜੀ ਦੇ ਨਾਲ ਦਰਬਾਰ ਸਾਹਿਬ ਗਿਆ, 500 ਰੁਪਏ ਦੀ ਦੇਗ ਭੇਟ ਕੀਤੀ, ਅਰਦਾਸ ਕਰਕੇ ਵਾਪਸ ਆਏ। ਹੁਣ ਇਹ ਸਭ ਕੁਝ ਹੋਣ ਤੋਂ ਬਾਅਦ ਉਹ ਸਰਦਾਰ ਜੀ ਦੇ ਸੱਜਣਾਂ ਮਿੱਤਰਾਂ ਦੇ ਮਨ ਵਿੱਚ ਇੱਕ ਸਵਾਲ ਸੀ। ਅਗਲੇ ਦਿਨ ਉਹਨਾਂ ਨੇ ਇੱਕ ਸੱਜਣ ਦੇ ਸਰਦਾਰ ਜੀ ਨੇ ਪੁੱਛ ਲਿਆ ਸਰਦਾਰ ਜੀ ਨੂੰ ਪੁੱਛਿਆ, ਸਰਦਾਰ ਜੀ ਤੁਸੀਂ 3 ਵਾਰ 500 ਰੁਪਏ ਦੀ ਦੇਗ ਕਰਵਾਈ, ਇਸਦਾ ਕੀ ਮਤਲਬ ਹੈ? ਉਸਨੇ ਪੁੱਛਿਆ, ਪਹਿਲੇ ਦਿਨ ਜਦੋਂ ਤੁਹਾਡੀਆਂ ਲੱਕੜਾਂ ਰੁੜ ਗਈਆਂ ਤਾਂ ਆਪਾਂ ਸਾਰਿਆਂ ਨੇ 500 ਰੁਪਏ ਦੀ ਦੇਗ ਕਰਵਾਈ, ਫਿਰ ਅਗਲੇ ਦਿਨ ਜਦੋਂ ਵਾਪਸ ਆਈਆਂ ਕਿਨਾਰੇ ਸੁੱਟ ਗਿਆ ਫਿਰ 500 ਰੁਪਏ ਦੀ ਦੇਗ ਕਰਾਈ, ਤੀਸਰੇ ਦਿਨ ਇਸ ਤਰ੍ਹਾਂ ਕੀਤਾ, 2 ਵਾਰ ਸ਼ਤੀਰੀਆਂ ਬਾਹਰ ਸੁੱਟ ਗਿਆ। ਉਸਦੀ ਗੱਲ ਨੂੰ ਮੰਨਦੇ ਹੋਏ ਤੁਸੀਂ ਸ਼ੁਕਰਾਨਾ ਕਰਕੇ ਦੇਗ ਪ੍ਰਸ਼ਾਦ ਕਰਵਾਇਆ ਹੋਵੇਗਾ, ਪਰ ਪਹਿਲੇ ਦਿਨ ਜਦੋਂ ਤੁਹਾਡਾ ਕਾਰੋਬਾਰ ਰੋੜ ਕੇ ਲੈ ਗਿਆ ਸੀ ਤਾਂ ਤੁਸੀਂ ਉਸ ਦਿਨ ਕਿਉਂ ਕਰਵਾਈ? ਇਹ ਗੱਲ ਸਮਝ ਨਹੀਂ ਆਈ। ਇਹ ਸੁਣ ਕੇ ਗੁਰਸਿੱਖ ਸਰਦਾਰ ਜੀ ਨੇ ਦੱਸਿਆ, ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਸਾਰਾ ਕਾਰੋਬਾਰ ਖਤਮ ਹੋ ਗਿਆ, ਮੈਂ ਇੱਕਦਮ ਜ਼ਮੀਨ 'ਤੇ ਡਿੱਗ ਪਿਆ ਤਾਂ ਮਾਹੌਲ ਅੰਦਰੋਂ ਹਿੱਲ ਗਿਆ, ਕਿਉਂਕਿ ਮੈਂ ਵੀ ਆਮ ਇਨਸਾਨ ਹਾਂ। ਸੋਚਣ ਲੱਗਾ ਹੁਣ ਸਭ ਕੁਝ ਕਿਸ ਤਰ੍ਹਾਂ ਹੋਵੇਗਾ, ਪਰ ਮੇਰੇ ਦਿਲ ਅੰਦਰ ਵਾਹਿਗੁਰੂ ਜੀ ਦੇ ਵਿਸ਼ਵਾਸ ਪ੍ਰੀਤ ਕਾਇਮ ਸੀ। ਸਰਦਾਰ ਜੀ ਨੇ ਦੱਸਿਆ, ਜਦੋਂ ਮੈਂ ਪਹਿਲੇ ਦਿਨ
ਪਾਣੀ ਦੀਆਂ ਸ਼ਤੀਰੀਆਂ ਰੋੜ ਕੇ ਲੈ ਗਿਆ, ਪਾਣੀ ਰੋੜ ਕੇ ਲੈ ਗਿਆ, 500 ਰੁਪਏ ਦੀ ਦੇਗ ਕਰਵਾਈ, ਦੇਗ ਦਰਬਾਰ ਸਾਹਿਬ ਕਰਵਾਈ। ਉਸ ਦਿਨ ਮੈਂ ਦੇਗ ਇਸ ਕਰਕੇ ਨਹੀਂ ਕਰਵਾਈ ਕਿ ਮੇਰਾ ਨੁਕਸਾਨ ਹੋਣ ਤੋਂ ਬਚ ਜਾਵੇ। ਉਸ ਦਿਨ ਮੈਂ ਦੇਗ ਕਰਵਾ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕੀਤੀ, ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਸਿੱਖ 'ਤੇ ਮਾੜਾ ਸਮਾਂ ਚੱਲ ਰਿਹਾ ਹੈ, ਅੱਜ ਸਾਰਾ ਕੁਝ ਵਹਾ ਕੇ ਲੈ ਗਿਆ ਹੈ, ਮੇਰਾ ਸਾਰਾ ਕਾਰੋਬਾਰ, ਮੇਰਾ ਸਾਰਾ ਪੈਸਾ ਚਲਿਆ ਗਿਆ ਹੈ, ਇਹ ਸਭ ਕੁਝ ਚਲਿਆ ਗਿਆ ਹੈ, ਤਾਂ ਕੋਈ ਪਰਵਾਹ ਨਹੀਂ, ਪਰ ਹੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ, ਹੁਣ ਕਿਤੇ ਨਾ ਕਿਤੇ ਮੇਰੀ ਜ਼ਿੰਦਗੀ 'ਚੋਂ ਚਲਿਆ ਜਾਵੇ ਕਾਰੋਬਾਰ, ਪੈਸਾ ਚਲਿਆ ਜਾਵੇ, ਮੁੜ ਬਣ ਜਾਵੇਗਾ, ਪਰ ਜੇਕਰ ਵਾਹਿਗੁਰੂ ਤੂੰ ਮੇਰੇ ਅੰਦਰੋਂ ਚਲਿਆ ਗਿਆ, ਸਭ ਕੁਝ ਹੀ ਚਲਿਆ ਜਾਣਾ ਹੈ, ਸਭ ਕੁਝ ਖਤਮ ਹੋ ਜਾਣਾ ਹੈ, ਬਸ ਤੁਸੀਂ ਮੇਰੇ ਅੰਦਰ ਵਾਸਾ ਰੱਖਣਾ, ਮੇਰੀ ਜ਼ਿੰਦਗੀ 'ਚੋਂ ਕਦੀ ਨਾ ਜਾਣਾ। ਕੁਝ ਪਹਿਲੀ ਵਾਰ ਕਰਵਾਈ 5 ਰੁਪਏ ਦੀ ਦੇਗ ਦਾ, 500 ਰੁਪਏ ਦੀ ਦੇਗ ਦਾ ਇਹੀ ਕਾਰਨ ਸੀ। ਆਪਣੇ ਵਾਹਿਗੁਰੂ ਪਰਮਾਤਮਾ 'ਤੇ ਉਸਦਾ ਅਥਾਂ ਭਰੋਸਾ ਸੀ, ਪਰਮਾਤਮਾ 'ਤੇ ਅਥਾਂ ਭਰੋਸਾ ਸੀ। ਅਥਾਂ ਭਰੋਸਾ ਹੋਵੇ ਤਾਂ ਪਰਮਾਤਮਾ ਵੀ ਸਾਡੇ ਅੰਗ ਸੰਗ ਹੋ ਕੇ ਆਪ ਸਹਾਈ ਹੁੰਦੇ ਹਨ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਧੰਨਵਾਦ।